ਹਾਂ ਤਾਂ ਪਿਆਰੇ ਬੱਚੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਹੁਣ ਆਪਾਂ ਅਭਿਆਸ 7.4 ਦੇ ਉੱਤੇ ਆ ਗਏ। ਕਹਿੰਦਾ, ਹੇਠਾਂ ਦਿੱਤੀਆਂ ਤਸਵੀਰਾਂ ਵਿੱਚੋਂ 2D ਅਤੇ 3D ਵਸਤੂਆਂ ਛਾਂਟੋ। 2D ਵਸਤੂਆਂ 'ਤੇ ਗੋਲਾ ਅਤੇ 3D ਵਸਤੂਆਂ 'ਤੇ ਟ੍ਰਾਇੰਗਲ ਬਣਾਓ। 2D ਬੇਟਾ, 2D ਵਸਤੂਆਂ ਉਹ ਹੁੰਦੀਆਂ ਜਿਹਦੇ ਵਿੱਚ ਇੱਕ ਲੰਬਾਈ ਅਤੇ ਚੌੜਾਈ ਹੁੰਦੀ ਹੈ, ਪਲੇਨ ਸਰਫੇਸ ਦੇ ਉੱਤੇ ਆ ਸਕਦੀਆਂ, ਠੀਕ ਹੈ। 3D ਵਸਤੂਆਂ ਇੱਕ ਪਲੇਨ ਸਰਫੇਸ 'ਤੇ ਨਹੀਂ ਬਣਾਈਆਂ ਜਾ ਸਕਦੀਆਂ, ਉਹਨਾਂ ਦੀ ਫੋਟੋ ਬਣਾਈ ਜਾ ਸਕਦੀ, ਉਹ ਠੋਸ ਹੁੰਦੀਆਂ ਆ, ਠੀਕ ਹੈ ਬੇਟਾ। ਉਹਦੇ ਵਿੱਚ 3 ਡਾਇਮੈਂਸ਼ਨਸ ਹੁੰਦੀਆਂ, ਲੰਬਾਈ ਵੀ ਹੁੰਦੀ ਹੈ, ਚੌੜਾਈ ਵੀ ਹੁੰਦੀ ਹੈ, ਉਚਾਈ ਵੀ ਹੁੰਦੀ ਹੈ, ਠੀਕ ਹੈ ਬੇਟਾ। ਤਾਂ ਇਸ ਕਰਕੇ 2D ਦੇ ਉੱਤੇ ਜਿਹਦੀਆਂ 2 ਡਾਇਮੈਂਸ਼ਨ ਆ, ਸਿਰਫ ਲੰਬਾਈਆਂ ਚੌੜਾਈਆਂ ਹੀ ਆ, ਉਹਦੇ 'ਤੇ ਕਹਿੰਦਾ ਗੋਲਾ ਲਾਓ। ਆ ਟ੍ਰਾਇੰਗਲ ਆ ਬੇਟਾ, ਇਹ ਪਲੇਨ ਸਰਫੇਸ 'ਤੇ ਬਣਾਈ ਜਾ ਸਕਦੀ, ਇਸ ਕਰਕੇ ਇਹਦੇ 'ਤੇ ਅਸੀਂ ਗੋਲਾ ਲਾਵਾਂਗੇ, ਵੀ 2 ਡਾਇਮੈਂਸ਼ਨਲ ਆਏ, ਠੀਕ ਹੈ। ਆਹ ਬੇਟਾ ਹੈਗਾ ਆ, ਇਹਨੂੰ ਲੁੱਡੋ ਦਾ ਮਣਕਾ ਮੰਨ ਸਕਦੇ ਆ ਤੁਸੀਂ, ਜਾਂ ਲੁੱਡੋ ਦਾ ਗੀਟਾ। ਤਾਂ ਇਹ ਬੇਟਾ ਡੱਬਾ ਆ, ਠੀਕ ਹੈ, ਡੱਬਾ। ਇਹ 3 ਡਾਇਮੈਂਸ਼ਨਲ ਆ, ਇੱਕ ਇਹਦੀ ਲੰਬਾਈ ਹੈ, ਇੱਕ ਇਹਦੀ ਚੌੜਾਈ ਹੈ, ਠੀਕ ਹੈ, ਅਤੇ ਇੱਕ ਇਹਦੀ ਉਚਾਈ ਹੈ। ਤਾਂ ਇਸ ਕਰਕੇ ਬੇਟਾ ਇਹ 3D ਹੈ, ਇਹਦੇ 'ਤੇ ਇਹਨੂੰ ਇਹਦੇ 'ਤੇ ਅਸੀਂ ਟ੍ਰਾਇੰਗਲ ਬਣਾ ਦੇਵਾਂਗੇ, ਠੀਕ ਹੈ ਬੇਟਾ। ਇਹ 3D ਹੈ। ਆਹ ਸਿਲੰਡਰ ਵੀ ਬੇਟਾ 3D ਹੈ, ਕਿਉਂਕਿ ਇਹ ਪਲੇਨ ਸਰਫੇਸ 'ਤੇ ਨਹੀਂ ਬਣਾਇਆ ਜਾ ਸਕਦਾ, ਠੀਕ ਹੈ, ਇਹਨੂੰ ਵੀ ਅਸੀਂ ਟ੍ਰਾਇੰਗਲ ਦੇ ਵਿੱਚ ਸ਼ੋ ਕਰ ਦੇਵਾਂਗੇ। ਕਹਿੰਦਾ ਉਹਨਾਂ 'ਤੇ ਟ੍ਰਾਇੰਗਲਾਂ। ਆਹ ਬੇਟਾ ਵਰਗ ਹੈ, ਪਲੇਨ ਦੇ ਉੱਤੇ ਬਣ ਗਿਆ, ਠੀਕ ਹੈ, ਇਸ ਕਰਕੇ 2 ਡਾਇਮੈਂਸ਼ਨਲ ਹੈ, ਇਹਦੇ 'ਤੇ ਅਸੀਂ ਗੋਲਾ ਲਾ ਦੇਵਾਂਗੇ, ਠੀਕ ਹੈ। ਆਹ ਬੇਟਾ ਜਿਹੜਾ ਗੋਲਾ ਆ, ਇਹ 3 ਡਾਇਮੈਂਸ਼ਨਲ ਆ, ਠੋਸ ਵਸਤੂਆਂ 3 ਡਾਇਮੈਂਸ਼ਨਲ ਹੁੰਦੀਆਂ ਆ, ਠੀਕ ਹੈ, 3D ਹੁੰਦੀਆਂ, ਇਸ ਕਰਕੇ ਇਹਦੇ 'ਤੇ ਵੀ ਅਸੀਂ ਟ੍ਰਾਇੰਗਲ ਬਣਾ ਦੇਵਾਂਗੇ। ਇਹ ਬੇਟਾ ਫੁੱਟਬਾਲ ਆ, ਫੁੱਟਬਾਲ ਇਹ ਸਾਰਾ ਨਹੀਂ ਇੱਥੇ ਆਇਆ, ਇਹਦਾ ਅੱਧਾ ਪਾਸਾ ਪਰਲੇ ਪਾਸੇ ਇਹਦੀ ਫੋਟੋ ਹੀ ਬਣੀ ਹੋਈ ਹੈ ਇੱਥੇ ਸਿਰਫ, ਠੀਕ ਹੈ। ਨੈਕਸਟ ਬੇਟਾ ਆਹ ਅਲਮਾਰੀ ਆ ਗਈ। ਅਲਮਾਰੀ ਵੀ 3 ਡਾਇਮੈਂਸ਼ਨਲ ਆ, ਇੱਕ ਇਹਦੀ ਲੰਬਾਈ ਹੈ, ਆਹ ਲੰਬਾਈ ਹੋਗੀ, ਆਹ ਉਚਾਈ ਹੋਗੀ ਬੇਟਾ, ਆਹ ਇਹਦੀ ਲੰਬਾਈ ਹੋਗੀ, ਠੀਕ ਹੈ, ਅਤੇ ਇੱਧਰਲੇ ਪਾਸੇ ਇਹਦੀ ਆਹ ਕੀ ਹੈ, ਚੌੜਾਈ। 3 ਡਾਇਮੈਂਸ਼ਨਲ ਹੋਣ ਕਰਕੇ ਇਹ 3D ਅਕਿਰਤੀ ਆ। 3D ਅਕਿਰਤੀਆਂ ਬੇਟਾ ਠੋਸ ਅਕਿਰਤੀਆਂ ਹੁੰਦੀਆਂ ਆ, ਠੀਕ ਹੈ। ਆਹ ਆਏ ਤਾਂ ਇਹ 2 ਡਾਇਮੈਂਸ਼ਨਲ ਆ, ਇੱਕ ਲੰਬਾਈ ਹੈ ਅਤੇ ਇੱਕ ਚੌੜਾਈ ਹੈ, ਇਸ ਕਰਕੇ ਇਹਦੇ 'ਤੇ ਅਸੀਂ ਚੱਕਰ ਲਾਵਾਂਗੇ। ਆਹ ਬੇਟਾ ਆਹ ਦਰਖਤ ਵੀ ਠੋਸ ਹੁੰਦਾ, ਇਸ ਕਰਕੇ ਇਹ 3 ਡਾਇਮੈਂਸ਼ਨਲ ਦੇ ਵਿੱਚ ਆਉਂਦਾ, ਜਿੰਨੀਆਂ ਵੀ ਠੋਸ ਚੀਜ਼ਾਂ ਆ ਉਹ 3 ਡਾਇਮੈਂਸ਼ਨਲ ਦੇ ਵਿੱਚ ਆਉਂਦੀਆਂ, 3D ਦੇ ਵਿੱਚ। ਆਹ ਬੇਟਾ ਚੱਕਰ ਆ, ਠੀਕ ਹੈ, ਜੇ ਆਪਾਂ ਇਹਨੂੰ ਗੋਲਾ ਲਵਾਂਗੇ ਫਿਰ ਇਹ 3 ਡਾਇਮੈਂਸ਼ਨਲ 'ਚ ਆਜੂਗਾ, ਜੇ ਅਸੀਂ ਇਹਨੂੰ ਇੱਕ ਚੱਕਰ ਲੈ ਰਹੇ ਹਾਂ ਤਾਂ ਫਿਰ ਇਹ 2 ਡਾਇਮੈਂਸ਼ਨਲ 'ਚ ਆਜੂਗਾ, ਅਸੀਂ ਇਹਨੂੰ ਸਿਰਫ ਇੱਕ ਚੱਕਰ ਮੰਨਦੇ ਹਾਂ, ਚੱਕਰ ਮੰਨ ਕੇ ਫਿਰ ਇਹ 2 ਡਾਇਮੈਂਸ਼ਨਲ ਆ ਗਿਆ। ਤਾਂ 2D ਵਸਤੂਆਂ ਦੇ ਉੱਤੇ ਕਹਿੰਦਾ ਪਿਆ ਚੱਕਰ ਲਾਉਣਾ। ਜੇ ਤੁਸੀਂ ਬੇਟਾ ਇਹਨੂੰ ਗੋਲਾ ਮੰਨਦੇ ਹਾਂ, ਲੋਹੇ ਦਾ ਗੋਲਾ ਪੀਲੇ ਰੰਗ ਦਾ, ਫਿਰ ਇਹ 3 ਡਾਇਮੈਂਸ਼ਨਲ ਦੇ ਡਾਇਮੈਂਸ਼ਨ 3D ਦੇ ਵਿੱਚ ਆਜੂਗਾ। ਮੇਰਾ ਖਿਆਲ ਆ ਬੇਟਾ ਗੱਲ ਪਤਾ ਲੱਗ ਗਈ। ਸੋ ਇਹ ਸੀਗਾ ਬੇਟਾ ਇਹਦਾ ਅਭਿਆਸ 7.4। ਉਹ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।